ਸਤਿ ਸ਼੍ਰੀ ਅਕਾਲ ਦੋਸਤੋ। ਅੱਜ ਜਿਹੜੀ ਆਪਾਂ ਇਹ ਵੀਡੀਓ ਲੈ ਕੇ ਆ ਰਹੇ ਹਾਂ, ਯਾਨੀ ਕਿ ਇਹ ਚਾਵਲਾਂ ਦੀ ਜਿਹੜੀ ਸਫਾਈ ਹੁੰਦੀ ਹੈ, ਝੋਨੇ ਚਾਵਲ ਨਿਕਲੇ ਉਸ ਰਿਫਾਇਨਰੀ ਦੇ ਬਾਰੇ ਵੀਡੀਓ ਲੈ ਕੇ ਆ ਰਹੇ ਹਾਂ। ਇਹਦੇ ਬਾਰੇ ਥੋੜ੍ਹਾ ਤੁਹਾਨੂੰ ਦੱਸਦੇ ਹਾਂ ਕਿ ਇਹਦੇ ਰਿਫਾਇਨਰੀ ਕਿੰਨੇ ਦੀ ਹੁੰਦੀ ਹੈ, ਕੀ ਹਿਸਾਬ ਕਿਤਾਬ ਇਹਦਾ, ਹਰ ਇਹਦੀ ਚੀਜ਼ ਤੁਹਾਨੂੰ ਦੱਸਾਂਗੇ, ਇਹਦੇ ਬਾਰੇ 'ਚ ਇਨਫੋਰਮੇਸ਼ਨ ਦੇਵਾਂਗੇ। ਅਤੇ ਆਓ ਹੁਣ ਆਪਾਂ ਚੱਲਦੇ ਹਾਂ। ਦੋਸਤੋ ਇਹਨੂੰ ਇਹ 10 ਖਾਸ ਤੌਰ ਦੀ ਮੋਟਰ ਲੱਗੀ ਆ, ਇਹ ਵੀ ਝੋਨਾ ਯਾਨੀ ਕਿ ਚਾਵਲ ਕੱਢਣ ਦੇ ਕੰਮ ਹੁੰਦੀ ਆ, ਝੋਨੇ ਚਾਵਲ ਸਾਫ਼ ਕਰਨ ਦੇ। ਇਹ ਛਿਲਕਾ ਲਾਉਂਦੀ ਆ, ਇਹ 2 ਪ੍ਰੋਸੀਜਰ ਚਾਵਲ ਇਹਦੇ ਗੁਜ਼ਾਰੇ ਜਾਂਦੇ ਆ। ਪਹਿਲਾ ਪ੍ਰੋਸੀਜਰ ਆ ਵਾ, ਇਹਦੇ 'ਚ ਗੁਜ਼ਾਰੇ ਜਾਂਦੇ ਆ, ਛਿਲਕਾ ਛੁਲਕਾ ਲਾ ਦਿੰਦੀ ਆ। ਛਿਲਕਾ ਇੱਧਰ ਉਹ ਸਾਈਡ ਤੁਹਾਨੂੰ ਮਸ਼ੀਨ ਚਲਾਉਂਦੇ, ਤੁਹਾਨੂੰ ਦਿਖਾਉਂਦੇ ਆ, ਇੱਧਰ ਉਹ ਸਾਈਡ ਛਿਲਕਾ ਚਲਾ ਜਾਂਦਾ ਵਾ। ਆ ਇੱਥੇ ਛਿਲਕਾ ਲਿਖ ਕੇ ਚਾਵਲ ਇੱਥੇ ਬੋਰਾ ਲੱਗਦਾ, ਉਹਦੇ ਵਿੱਚ ਆ ਜਾਂਦੇ ਆ। ਇਹ ਮਸ਼ੀਨ ਤੁਹਾਨੂੰ ਇਹ ਭਾਈ ਨੂੰ ਇਹਦੇ ਤੋਂ ਵੀ ਇਨਫੋਰਮੇਸ਼ਨ ਲੈਂਦੇ ਹਾਂ ਭਾਈ ਕੋਲੋਂ, ਅਤੇ ਇਹ ਮਸ਼ੀਨ ਚੱਲਦੀ ਆ, ਤੁਹਾਨੂੰ ਇਹਦੇ ਵਿੱਚ ਕੇ ਵੈਲਡ ਕਰਦੇ ਹੁੰਦੇ, ਨੱਟ ਹੁੰਦੇ ਇਹਨਾਂ ਦੇ ਪਾਸ, ਨੱਟ ਜਰਾ ਮਸ਼ੀਨ ਭਲਾ ਕਿੰਨੇ ਦੇ ਲਈ ਤੁਸੀਂ, ਮਸ਼ੀਨ ਕਿੰਨੇ ਦੀ ਲਈ ਸੀ? ਇੱਕ ਲੱਖ 35 ਹਜ਼ਾਰ। ਉਹ ਜਿਹੜੀ ਬਾਹਰ ਵਾਲੀ ਛਿਲਕਾ ਲਾਉਂਦੀ ਹੈ, ਪੌਣੇ 2 ਲੱਖ ਦੀ। ਇੱਕ ਘੰਟੇ ਕਿੰਨੇ ਮਨ ਛਿਲਕਾ ਲਾ ਦਿੰਦੀ ਹੈ? ਘੰਟੇ 20 ਮਨ ਝੋਨਾ ਲਾ ਦਿੰਦੀ ਹੈ। 20 ਮਨ ਝੋਨਾ ਨਿਕਲ ਜਾਂਦਾ ਦੋਨਾਂ 'ਚ। ਅਤੇ ਬਿਜਲੀ ਦਾ ਕਿੰਨਾ ਖਰਚਾ ਆ ਜਾਂਦਾ? ਸੋਲਾਂ ਯੂਨਿਟ ਲੱਗ ਜਾਂਦੇ ਆ। ਚਲੋ ਦੋਸਤੋ, ਦੇਖੋ ਕਿੰਨਾ ਫਾਈਨ ਬੜਾ ਅੱਛਾ ਅੱਛਾ ਕੱਢਣਾ ਹੋਇਆ ਹੋਇਆ। 20 ਹਾਰਸ ਪਾਵਰ ਦੀ ਮੋਟਰ ਜਿਹੜੀ ਇਸ ਸਿੱਕੀ ਰਿਫਾਈਨਰੀ ਨੂੰ ਚਲਾ ਰਹੀ ਹੈ, ਇਹ ਤੁਸੀਂ ਕਹਿ ਰਹੇ 1,35,000 ਦੀ ਲਈ ਸੀ, ਅੱਜ ਤੋਂ 3 ਸਾਲ ਪਹਿਲੇ ਦੀ ਗੱਲ ਆ। ਜਿਹੜੀ ਬਾਹਰ ਵਾਲੀ ਸੀਗੀ ਉਹ ਛਿਲਕਾ ਲਾਉਂਦੀ ਆ, ਉਹਨੂੰ 10 ਹਾਰਸ ਪਾਵਰ ਦੀ ਮੋਟਰ ਲੱਗੀ ਹੋਈ ਆ। ਕਿੰਨੇ ਸਾਲ ਹੋ ਗਏ ਇਸ ਮਸ਼ੀਨ ਲਾਈ ਨੂੰ? ਇਸ ਲਾਈ ਨੂੰ ਤਕਰੀਬਨ ਹੋ ਗਿਆ 14-15 ਸਾਲ ਹੋ ਗਿਆ ਪੰਜਾਬ ਮਸ਼ੀਨ ਲਾਈ ਨੂੰ। ਹਾਂਜੀ, ਬਚਪਨ 'ਚ ਇਸ ਕੰਮ 'ਚ? ਹਾਂਜੀ, ਬਚਪਨ 'ਚ ਇਸ ਕੰਮ 'ਚ ਕਰ ਰਹੇ? ਨਹੀਂ, ਕਿੰਨੇ ਸਾਲ ਹੋ ਗਏ ਇਸ ਕੰਮ? ਮੈਨੂੰ ਤਕਰੀਬਨ ਹੋ ਗਿਆ ਇਸ ਕੰਮ 'ਚ 16-17 ਸਾਲ ਹੋ ਗਿਆ। 16-17 ਸਾਲ ਹੋ ਗਏ। ਦੋਸਤੋ ਆਹ ਦੇਖੋ, ਇਸ ਟਾਈਮ
वोल्टेज भी शो हो रहे हैं ते लोड यानी कंपेयर भी शो करा रहा है कि किन्ने लै रही है वोल्टेज। 20 हार्स पावर की मोटर चल रही है ते ये चावल साफ हो रहे हैं। हाँ देखो आप 20 हार्स पावर की मोटर चल रही है देते तीन भाई दस दे घंटे के बीच 20 मन चावल साफ हो जाते हैं। अच्छा दोस्तों जब मैं क्या दसा कि चावल इस तरीके चावल साफ किए जाते हैं बारे मशीनों के बारे में दसिया वा अगर सा लगी तो साइन सबसक्राइब कर लीजिए तो बैल आइकन प्रेस कर लीजिए ताकि अगर फ्री जगह आने वाली इनफॉर्मेटिव वीडियो फोन कर ओके।